ਧਰਮ ਦੀ ਆਸਥਾ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਸੁਰਜੀਤ ਨਗਰ ਵਿੱਚ ਜੈ ਮਾਂ ਦੁਰਗਾ ਸੇਵਾ ਸੰਮਤੀ ਵੱਲੋਂ ਸਰਪ੍ਰਸਤ ਠੇਕੇਦਾਰ ਸ਼ਾਂਗੂ ਯਾਦਵ ਦੀ ਅਗਵਾਈ ਹੇਠ ਤੀਸਰਾ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਮਾਂ ਨੈਣਾ ਦੇਵੀ ਤੋਂ ਬਹੁਤ ਹੀ ਸ਼ਰਧਾ ਨਾਲ ਜੋਤ ਲਿਆਂਦੀ ਗਈ। ਮਹਾਮਾਈ ਦੇ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ ਤੇਜਿੰਦਰ ਰਾਹਲ ਅਤੇ ਲਾਲਾ ਜੈ ਚੰਦ ਖੁਰਾਨਾ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਮਹਾਮਾਈ ਦੀ ਜੋਤ ਜਗਾ ਕੇ ਮਹਾਮਾਈ ਦਾ ਜਾਗਰਣ ਸ਼ੁਰੂ ਕਰਵਾਇਆ। ਮਹਾਮਾਈ ਦੇ ਜਾਗਰਣ ਇੰਟਰਨੈਸ਼ਨਲ ਕਲਾਕਾਰ ਟੋਨੀ ਸੁਲਤਾਨ ਨੇ ਮਹਾਮਾਈ ਦੀਆਂ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਆਪ ਸਬਕਾ ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਮੁਬਾਰਕ ਹੋ, ਬਹੁਤ ਬਹੁਤ ਸਭਕੋ ਭਗਵਾਨ ਸਭ ਸਭਕੇ ਪਰਿਵਾਰ ਕੋ ਸਭਕੋ ਖੁਸ਼ ਰੱਖੇ, ਸਭਕੋ ਸੁਖੀ ਰੱਖੇ, ਸਭਕੋ ਸਵਸਥ ਰੱਖੇ। ਮੈਂ ਆਸ ਕਰਤਾ ਹੂੰ ਕਿ ਜਬ ਤੱਕ ਜੀਵਨ ਹੈ ਐਸੇ ਹੀ ਸ਼ਾਂਗੂ ਠੇਕੇਦਾਰ ਜੀ ਬੁਲਾਤੇ ਰਹੇ ਔਰ ਹਮ ਆਤੇ ਰਹੇ, ਸਭ ਮਿਲ ਕੇ ਐਸੇ ਪ੍ਰੋਗਰਾਮ ਕਰਤੇ ਰਹੇ, ਸਬਕਾ ਬਹੁਤ ਬਹੁਤ ਧੰਨਵਾਦ ਯਹਾਂ ਪੇ ਆਨੇ ਕਾ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਚੈਨਲ 2।